afternoon everyone ਸਾਡੀ ਪੰਜਾਬ ਦੀ ਪ੍ਰੀਵੀਅਸ ইয়ার কোশ্চেন ਪ੍ਰੀਲੀਮਸ ਤੇ মেইন অ্যানালিসিস সিরিজ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ हां जी फटाफट ਸਾਡੇ ਨਾਲ ਜੁੜ ਜਾਓ ਠੀਕ ਹੈ ਜੀ ਅੱਜ ਇੱਕ ਅੱਛੀ ਇੰਪੋਰਟੈਂਟ ਅਨਾਊਂਸਮੈਂਟ ਵੀ ਕਰਨੀ ਹੈ ਬਹੁਤ ਹੀ ਸੀਰੀਅਸ ਅਨਾਊਂਸਮੈਂਟ ਹੈਗੀ ਹੈ ਤਾਂ फटाफट ਸਾਡੇ ਨਾਲ ਜੁੜ ਜਾਓ ਅੱਜ ਅਸੀਂ ਟਾਪਿਕ ਡਿਸਕਸ ਕਰਨਾ ਹੈ ਇਕਨੋਮਿਕਸ ਦਾ टुडे वी वुड बी ਡਿਸਕਸਿੰਗ ਇਕਨੋਮਿਕਸ ਦੈਟ ਇਜ਼ ਪ੍ਰੀਵੀਅਸ ইয়ার ਜਿੰਨੇ ਵੀ ਸਾਡੇ 2013 ਦੇ ਪੇਪਰ ਦੀ ਗੱਲ ਕਰੀਏ 15 ਦੇ ਪੇਪਰ ਦੀ ਗੱਲ ਕਰੀਏ 18 ਦੇ ਪੇਪਰ ਦੀ ਗੱਲ ਕਰੀਏ ਜਾਂ 21 ਦੇ ਪੇਪਰ ਦੀ ਗੱਲ ਕਰੀਏ ਸੋ ਵੀ ਵਿਲ ਬੀ ਐਨਲਾਈਜ਼ਿੰਗ ਐਨਲਾਈਜ਼ਿੰਗ ਅ ਜਿੰਨੇ ਵੀ ਸਾਡੇ 4 ਸਾਲ ਦੇ ਪ੍ਰੀਵੀਅਸ ਈਅਰ ਪੇਪਰ ਹੋਏ ਨੇ ਪੰਜਾਬ ਜੀਕੇ ਦੇ ਉਸ ਦੇ ਵਿੱਚ ਇਕਨੋਮਿਕ ਸੈਕਸ਼ਨ ਉਸ ਦੇ ਰਿਲੇਟਿਡ ਅਸੀਂ ਤੁਹਾਡੇ ਵਾਸਤੇ ਅੱਜ ਐਨਾਲਿਸਿਸ ਕਰਾਂਗੇ ਠੀਕ ਹੈ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਸਾਡੀ ਸੀਰੀਜ਼ ਤਾਂ ਚੱਲ ਹੀ ਰਹੀ ਹੈ ਜਿਵੇਂ ਹਨਾ ਤੁਸੀਂ ਦੇਖਿਆ ਗਿਆ ਸੀ ਹਿਸਟਰੀ ਡਿਸਕਸ ਕੀਤੀ ਹੈ এনवायरमेंट ਡਿਸਕਸ ਕੀਤੀ ਹੈ ਹਨਾ ਤੇ ਅੱਜ ਅਸੀਂ ਇਕਨੋਮਿਕਸ ਡਿਸਕਸ ਕਰਾਂਗੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਇੱਕ ਵਾਰ ਮੈਨੂੰ ਦੱਸ ਦੋ ਕਿ ਆ ਮੈਂ ਆਡੀਬਲ ਹੈਗਾ ਸਾਰਿਆਂ ਨੂੰ ਜਿੰਨੇ ਵੀ ਸਾਡੇ ਨਾਲ ਜੁੜੇ ਨੇ ਹਾਂਜੀ ਗਾਇਸ ਆਮ ਆਡੀਬਲ ਜਸਟ ਗਿਵ ਮੀ ਅ ਕਨਫਰਮੇਸ਼ਨ ਤੇ ਆਪਾਂ ਸਟਾਰਟ ਕਰ ਦਿੰਨੇ ਆ ਹਾਂਜੀ yes okay ji ਠੀਕ ਹੈ ਜੀ ਅਨਜਲ ਜੀ ਬਿਲਕੁਲ ਠੀਕ ਹੈ ਜੀ ਚਲੋ ਜੀ ਅੱਜ ਆਪਾਂ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਅਸੀਂ 2013 ਦੇ ਡਿਸਕਸ ਕਰਦੇ ਆ ਠੀਕ ਹੈ 2013 ਚ ਪ੍ਰੀਲਿਮਸ ਕਿਹੜੇ ਕੁਸ਼ਨ ਪੁੱਛੇਗੇ ਮੇਨਸ ਕਿਹੜੇ ਕੁਸ਼ਨ ਪੁੱਛੇਗੇ ਉਹਨਾਂ ਬਾਰੇ ਡਿਸਕਸ਼ਨ ਕਰਦੇ ਆ ਚਲੋ ਜੀ ਦੇਖੋ ਜਿਹੜੇ ਕੁਸ਼ਨ ਮੇਰੇ ਨਾਲ ਕੋਈ अटेम्प्ट ਵੀ ਕਰਨਾ ਚਾਹੁੰਦਾ अटेम्प्ट ਵੀ ਕਰ ਸਕਦਾ ਆਪਣੇ ਆਨਸਰ ਵੀ ਦੇ ਸਕਦਾ ਹੈਗਾ ਠੀਕ ਹੈ ਇਹ 2013 ਚ ਪੰਜਾਬ ਦੀ ਆਪਾਂ ਇਕਨੋਮਿਕਸ ਡਿਸਕਸ ਕਰ ਰਹੇ ਹਾਂ ਰਾਈਟ ਓਕੇ ਕੁਸ਼ਨ ਹੈਗਾ ਥੇਅਰ ਇਜ਼ ਦਾ ਓਕੇ ਥੇਅਰ ਇਜ਼ ਦਾ ਸਟਾਕ ਇਕ ਮਿੰਟ ਗਾਇਜ਼ ओके हां जी क्वेश्चन ਹੈਗਾ ਕਿ স্টক এক্সচেঞ্জ ਕਿੱਥੇ ਲੋਕੇਟਡ ਹੈ ਪੰਜਾਬ ਦੀ ਤੁਸੀਂ ਆਪਣੇ ਆਨਸਰ ਵੀ ਦੇ ਸਕਦੇ ਹੋ ਚਾਰ ਆਪਸ਼ਨਾਂ ਨੇ ਇਹ 2013 ਦੇ ਵਿੱਚ ਪੁੱਛਿਆ ਗਿਆ ਸੀਗਾ पीसीएस ਦੇ ਪ੍ਰੀਲਿਮਸ ਦੇ ਵਿੱਚ ਇਕਨੋਮਿਕਸ ਦਾ ਕੁਐਸ਼ਨ ਹੈ ਪੰਜਾਬ ਦੀ ਇਕਨੋਮਿਕਸ ਨੂੰ ਲੈ ਕੇ ਹੈਗਾ ਜਲੰਧਰ ਪਟਿਆਲਾ ਅੰਮ੍ਰਿਤਸਰ ਨਨ ਆਫ ਦਾ ਅਬਫ ਇਫ ਐਨੀਵਨ ਵੁੱਡ ਲਾਈਕ ਟੂ ਸ਼ੇਅਰ देयर ਆਨਸਰਸ ਹਨਾ ਆਪਣੇ ਕਮੈਂਟ ਬਾਕਸ ਦੇ ਵਿੱਚ ਆਨਸਰ ਵੀ ਪਾ ਸਕਦੇ ਨੇ ਉਹਨਾਂ ਨੂੰ ਕੀ ਲੱਗਦਾ ਹੈ ਕਿ ਸਹੀ ਆਨਸਰ ਕੀ ਹੈ ਇਸ ਕੁਐਸਚਨ ਦਾ ਹਾਂਜੀ ਗਾਇਸ ਵੇਟਿੰਗ ਫॉर ਯਰ ਰਿਸਪੌਂਸ ਇਹ 2013 ਪੀਸੀਐਸ ਦੇ 2013 ਸਾਡੇ ਇਕਨੋਮਿਕ ਸੈਕਸ਼ਨ ਦਾ ਕੁਐਸਚਨ ਸੀਗਾ ਠੀਕ ਹੈ ਜੀ ਅਨچل ਜੀ ਕਹਿ ਰਹੇ ਨੇ ਡੀ ਆਪਸ਼ਨ ਓਕੇ ਜੀ ਜਿਹੜੇ ਸਾਡੇ ਨਾਲ ਹੋਰ ਵੀ ਜੁੜੇ ਨੇ ਉਹ ਵੀ ਇਹਨੂੰ ਡਿਸਕਸ ਕਰ ਸਕਦੇ ਨੇ ਆਪਣੇ ਆਨਸਰ ਨੂੰ ਦੱਸ ਸਕਦੇ ਨੇ ਦੈਨ ਆਈ ਊਡ ਬੀ ਟੈਲਿੰਗ ਦਾ ਕਰੈਕਟ ਆਨਸਰ ਠੀਕ ਹੈ ਜੀ ਬੜਾ ਹੀ ਬੇਸਿਕ ਕੁਐਸਚਨ ਹੈ ਜਿਹੜਾ ਕਿ 2013 ਦੇ ਪੇਪਰ ਦੇ ਵਿੱਚ ਪੁੱਛਿਆ ਗਿਆ ਸੀਗਾ ਬਿਲਕੁਲ ਠੀਕ ਹੈ ਜੀ ਆਨਸਰ ਹੈਗਾ ਡੀ ਆਪਸ਼ਨ ਕਿਉਂਕਿ ਸਹੀ ਆਨਸਰ ਹੈ ਲੁਧਿਆਣਾ ਜੇ ਆਪਾਂ ਕਹਿ ਦਈਏ ਲੁਧਿਆਣਾ ਕਿਹੜਾ ਹੈਗਾ ਸਹੀ ਆਨਸਰ ਹੈ ਜਿਹਦੇ ਵਿੱਚ ਕਿਹਾ ਹੈ ਸਟਾਕ ਐਕਸਚੇਂਜ ਲੋਕੇਟਿਡ ਹੈ ਇਹ ਬਹੁਤ ਜ਼ਰੂਰੀ ਹੈ ਬੇਸਿਕ ਫੈਕਟ ਦਾ ਕੁਐਸਚਨ ਸੀਗਾ ਜਿਹੜਾ 2013 ਦੇ ਵਿੱਚੋਂ ਪੁੱਛਿਆ ਗਿਆ ਸੀਗਾ ਐਨਾ ਕੋਈ ਡੀਪ ਡਿਟੇਲਡ ਅਨਲਿਸਿਸ ਦੇ ਅਕੋਰਡਿੰਗਲੀ ਨਹੀਂ ਪੁੱਛਿਆ ਗਿਆ ਸੀ ਬੜਾ ਹੀ ਸੌਖਾ ਕੁਐਸਚਨ ਸੀ ਜਿਸ ਦੇ ਅਕੋਰਡਿੰਗਲੀ ਆਪਾਂ ਇਹ ਕੁਐਸਚਨ ਆਨਸਰ ਕਰ ਸਕਦੇ ਹਾਂ ਜੇ ਆਪਾਂ ਬੇਸਿਕ ਆਪਾਂ ਤਿਆਰੀ ਕੀਤੀ ਹੋਈ ਹੈ ਤਾਂ ਇਹ ਕੁਐਸਚਨ ਈਜ਼ੀਲੀ ਅਟੈਂਪਟ ਹੋ ਸਕਦਾ ਸੀ ਬਟ 13 ਤੋਂ ਬਾਅਦ ਪੈਟਰਨ ਬਹੁਤ ਜ਼ਿਆਦਾ ਚੇਂਜ ਹੋਇਆ ਹੈ ਆਪਾਂ ਦੇਖਾਂਗੇ ਕਿਸ ਤਰ੍ਹਾਂ ਹੁਣ ਕੁਐਸਚਨ ਪੁੱਛੇ ਜਾਂਦੇ ਨੇ ਕਿਸ ਤਰ੍ਹਾਂ ਐਡਵਾਂਸਮੈਂਟ ਹੋਈ ਚਲੋ ਜੀ ਅੱਗੇ ਚੱਲਦੇ ਆਪਾਂ ਓਕੇ ਜੀ ਇਹ ਮੈਂ ਸੀਰੀਅਸ ਅਨਾਉਂਸਮੈਂਟ ਸੀ ਜਿਹੜੀ ਮੈਂ ਕਰਨੀ ਸੀਗੀ ਬੜੀ ਹੀ ਇੰਪੋਰਟੈਂਟ ਅਨਾਉਂਸਮੈਂਟ ਹੈ ਠੀਕ ਹੈ ਜੀ ਅਸੀਂ ਤੁਹਾਡੇ ਸਾਰਿਆਂ ਲਈ ਜੋ ਕਿ ਪੰਜਾਬ ਪੀਸੀਐਸ ਦੀ ਤਿਆਰੀ ਕਰਨਾ ਚਾਹੁੰਦੇ ਨੇ ਤੇ ਜਿਹੜਾ ਪੰਜਾਬ ਜੀਕੇ ਕੰਪੋਨੈਂਟ ਹੈਗਾ ਆਪਾਂ ਦੇਖਦੇ ਆ ਕਿ ਬੱਚਿਆਂ ਦੇ ਨੰਬਰ ਰਹਿ ਜਾਂਦੇ ਆ ਪੰਜਾਬ ਜੀਕੇ ਨੂੰ ਲੈ ਕੇ ਕਿਉਂਕਿ ਸਾਨੂੰ ਪਤਾ ਹੈ ਕਿ ਪੀਸੀਐਸ ਅਰਾਊਂਡ ਦਾ ਕੋਰਨਰ ਹੈ ਤਾਂ ਅਸੀਂ ਬੜਾ ਹੀ ਡਿਲੀਜੈਂਟ ਕੋਰਸ ਇੱਕ ਲੈ ਕੇ ਆਏ ਹਾਂ ਵੈਲ ਕ੍ਰਾਫਟਡ ਕੋਰਸ ਹੈ ਜਿੰਨੇ ਵੀ ਸਾਡੇ ਐਸਪੀਰੈਂਟ ਨੇ ਪੀਸੀਐਸ ਦੇ ਪੇਪਰ ਦੇ ਲਈ ਉਹ ਸਾਡਾ ਬੈਚ ਸਟਾਰਟ ਹੋ ਰਿਹਾ ਹੈ ਪੰਜਾਬ ਜੀਕੇ ਦਾ 25 ਦਿਨਾਂ ਦਾ ਬੈਚ ਹੋਏਗਾ ਤੁਸੀਂ ਜਿਵੇਂ ਕਿ ਦੇਖ ਸਕਦੇ ਹੋ ਤੇ ਇਹ 14 ਨਵੰਬਰ ਤੋਂ ਸਟਾਰਟ ਹੋ ਰਿਹਾ ਹੈ ਦਾ ਬੈਚ ਸਟਾਰਟਿੰਗ ਫਰਮ 14th ਨਵੰਬਰ ਤੇ ਇਹ 25 ਦਿਨਾਂ ਦਾ ਬੈਚ ਹੋਏਗਾ ਜਿਦੇ ਵਿੱਚ ਬਹੁਤ ਹੀ ਹੌਲਿਸਟਿਕ ਤਰੀਕੇ ਦੇ ਨਾਲ ਤੁਹਾਡੀ ਪੰਜਾਬ ਜੀਕੇ ਨੂੰ ਕਵਰ ਕੀਤਾ ਜਾਏਗਾ ਨੈਕਸਟ ਸਲਾਈਡ ਦੇ ਵਿੱਚ ਮੈਂ ਸਾਰਾ ਸ਼ਡਿਊਲ ਵੀ ਪੇਸ਼ ਕਰਾਂਗਾ ਕਿ ਕਿਸ ਤਰ੍ਹਾਂ ਅਸੀਂ ਤੁਹਾਡੇ ਲਈ ਇੱਕ ਕੋਰਸ ਪਲਾਨ ਕੀਤਾ ਹੈ ਤੇ ਇਸ ਦੇ ਵਿੱਚ ਟੈਸਟ ਸੀਰੀਜ਼ ਵੀ ਇਨਕਲੂਡਡ ਹੈ ਠੀਕ ਹੈ ਜੀ ਤੇ ਪ੍ਰਾਈਸ ਆਪਾਂ ਬੜੀ ਹੀ ਇੱਕ ਨੋਮੀਨਲ ਪ੍ਰਾਈਸ ਰੱਖੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਟ ਇਜ਼ 199 GST ਠੀਕ ਹੈ ਇਸ ਦੇ ਵਿੱਚ ਟੈਸਟ ਸੀਰੀਜ਼ ਵੀ ਇਨਕਲੂਡਡ ਹੈ ਠੀਕ ਹੈ ਪਹਿਲਾਂ ਆਪਾਂ ਸ਼ਡਿਊਲ ਦੇਖਦੇ ਹਾਂ ਫਿਰ ਜਿਹੜੇ ਵੀ ਤੁਹਾਡੇ ਕੁਐਰੀਜ਼ ਹੋਵਾਂਗੇ ਆਪਾਂ ਉਸ ਦੇ ਰਿਲੇਟਿਡ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ ਓਕੇ ਜੀ ਆ ਦੇਖੋ हूँ बैच स्टार्ट हो रहा है चौदह तरीक तो जिमें देख सौ चौदह तरीक तो लैके सतारह तरीक तक तो साढ़ा पहला कॉम्पोनेंट चलेगा दैट इज़ इनवायरमेंट बड़ा ही इंपोर्टेंट पोर्शन है जिमें इनवायरमेंट की लास्ट जड़े अपनी सीरीज़ आई सी आप डिस्कता दो दिन पहला कि इनवायरमेंट बड़ा ही इंपोर्टेंट सबजैक्ट है तो कि चीज़ आप डिस्कस करा जिमेंकोलॉजी डिस्कस करा ਇਕੋਲੋਜੀ ਡਿਸਕਸ ਕਰਾਂਗੇ ਬਾਇਓਡਾਈਵਰਸਿਟੀ ਪੰਜਾਬ ਦੀ ਡਿਸਕਸ ਕਰਾਂਗੇ ਜਿੰਨੇ ਵੀ ਇੰਪੋਰਟੈਂਟ ਵੈਟਲੈਂਡ ਨੇ ਕੰਜ਼ਰਵੇਸ਼ਨ ਰਿਜ਼ਰਵ ਨੇ ਕਮਿਊਨਿਟੀ ਰਿਜ਼ਰਵ ਨੇ ਫਿਰ ਆਪਣੇ ਜਿਹੜੇ 에ਅਰ ਪੋਲੂਸ਼ਨ ਦੇ ਮਾਮਲੇ ਨੇ ਸਮੱਸਿਆ ਹੈਗੀ ਹੈ ਅੰਡਰਗਰਾਉਂਡ ਵਾਟਰ ਪੋਲੂਸ਼ਨ ਨੂੰ ਲੈ ਕੇ ਵੇਸਟ ਮੈਨੇਜਮੈਂਟ ਦੀ ਪ੍ਰੋਬਲਮ ਨੂੰ ਲੈ ਕੇ ਤੇ ਜਿੰਨੇ ਵੀ 1 ਸਾਲ ਦੇ ਕਰੰਟ ਅਫੇਅਰ ਨੇ ਆਪਾਂ ਸਾਰੇ ਦੇ ਸਾਰੇ ਡਿਸਕਸ ਕਰਾਂਗੇ ਕੰਪੋਨੈਂਟ ਇਸ ਤਰੀਕੇ ਨਾਲ ਬਣਾਇਆ ਗਿਆ ਹੈ 25 ਦਿਨ ਦਾ ਜਿਹਦੇ ਵਿੱਚ ਅਸੀਂ ਤੁਹਾਡੀ ਹੋਲਿਸਟਿਕ ਤਰੀਕੇ ਨਾਲ ਕਵਰ ਕਰ ਸਕੀਏ ਪ੍ਰੋਪਰ ਪੰਜਾਬ ਜੀ ਕੇ ਫਰਮ ਪ੍ਰੀਲਿਮਸ ਐਸ ਵੈਲ ਐਸ ਮੇਨਸ ਪੁਆਇੰਟ ਆਫ ਵਿਊ ਇਹ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਸਿਰਫ ਪ੍ਰੀਲਿਮਜ਼ ਦੇ ਪੁਆਇੰਟ ਆਫ View ਨਾਲ ਨਹੀਂ ਸੋਚੀਏ ਤੇ ਆਪਾਂ ਮੇਨਸ ਪੁਆਇੰਟ ਆਫ View ਦੇ ਨਾਲ ਵੀ ਸੋਚੀਏ ਠੀਕ ਹੈ ਗਾਇਸ ਫਿਰ ਸਾਡਾ ਜਿਵੇਂ ਨੈਕਸਟ ਤੁਸੀਂ ਦੇਖ ਸਕਦੇ ਹੋ ਨੈਕਸਟ ਕੰਪੋਨੈਂਟ ਹਿਸਟਰੀ ਹੈ ਜਿੱਥੇ ਮੀਡੀਵਲ ਤੋਂ ਲੈ ਕੇ ਅਸੀਂ ਪੰਜਾਬ ਦੀ ਮਾਡਰਨ ਹਿਸਟਰੀ ਕਵਰ ਕਰਾਂਗੇ ਟਿਲ 1985 ਜਿਹੜਾ ਕਿ ਲੌਂਗੋਵਾਲ ਅਕੋਰਡ ਹੋਇਆ ਠੀਕ ਹੈ ਜੀ ਉੱਥੇ ਤੱਕ ਪ੍ਰੋਪਰ ਤਰੀਕੇ ਨਾਲ ਤੁਹਾਡੀ ਡਿਸਕਸ਼ਨ ਹੋਏਗੀ ਫਿਰ ਦੈਨ ਕਮਿੰਗ ਟੂ ਪੋਲੀਟੀ ਪੋਲੀਟੀ ਐਂਡ ਗਵਰਨੈਂਸ ਦੇਖੋ ਜੇ ਤੁਸੀਂ ਇਕਨੋਮਿਕ ਸਰਵੇ ਕਦੇ ਪੰਜਾਬ ਦਾ ਪੜ੍ਹਿਆ ਹੈ ਤੁਹਾਨੂੰ ਪਤਾ ਹੋਏਗਾ ਕਿ ਉਸ ਦੇ ਵਿੱਚ ਗਵਰਨੈਂਸ ਤੇ ਪੋਲੀਟੀ ਦਾ ਵੀ ਇੱਕ ਚੈਪਟਰ ਹੁੰਦਾ ਹੈ ਕਿ ਜੋ ਕਿ ਆਮ ਤੌਰ ਤੇ ਅਸੀਂ ਨੈਗਲੈਕਟ ਕਰ ਦਿੰਨੇ ਆ ਪਰ ਆਪਾਂ ਇਸ ਦੇ ਵਿੱਚ ਇਨਕਲੂਡ ਕੀਤਾ ਹੈ ਤਾਂ ਕਿ ਤੁਹਾਡੀ ਇੱਕ ਹੋਲਿਸਟਿਕ ਤਰੀਕੇ ਨਾਲ ਤਿਆਰੀ ਕਰਵਾ ਸਕੀਏ ਨਾਊ 무ਵਿੰਗ ਟੂ ਦਾ ਨੈਕਸਟ ਪਾਰਟ ਥੈਨ ਵੀ ਊਡ ਬੀ ਕਵਰਿੰਗ ਜੀਓਗ੍ਰਾਫੀ ਜਿਦੇ ਵਿੱਚ ਫਿਜ਼ੀਕਲ ਜੀਓਗ੍ਰਾਫੀ ਕਵਰ ਹੋਏਗੀ ਕਲਾਈਮੈਟਿਕ ਸਿਸਟਮ ਪੰਜਾਬ ਦਾ ਡਿਸਕਸ ਹੋਏਗਾ ਫੋਰੈਸਟ ਆਫ ਪੰਜਾਬ ਡਿਸਕਸ ਹੋਣਗੇ ਤੇ ਉਸ ਦੇ ਨਾਲ ਮੈਪ ਵਰਕ ਵੀ ਕਰਾਵਾਂਗੇ ਅਸੀਂ ਮੇਕ ਸ਼ੋਰ ਕਰਾਂਗੇ ਕਿ ਤੁਹਾਡੀ ਮੈਪ ਵਰਕ ਵੀ ਪ੍ਰੈਕਟਿਸ ਕਰੋਗੇ ਕਲਾਸ ਦੇ ਵਿੱਚ ਹੀ ਇਸ ਦੇ ਨਾਲ ਨਾਲ ਤੁਹਾਡੇ ਟੈਸਟ ਵੀ ਚੱਲਦੇ ਰਹਿਣਗੇ ਜਿਵੇਂ ਕਿ ਮੈਂ ਦੱਸਿਆ ਸੀਗਾ ਕਿ ਇਸ ਦੇ ਵਿੱਚ ਟੈਸਟ ਸੀਰੀਜ਼ ਵੀ ਇਨਕਲੂਡਡ ਹੈ ਅਲੋਂਗ ਵਿਦ ਇਟ ਇੰਟਰਨਲ ਸਿਕਿਉਰਿਟੀ ਤੇ ਆਈਆਰਡੀ ਵੀ ਕਲਾਸ ਹੋਏਗੀ ਸਾਡੇ ਇਸ ਪ੍ਰੋਪਰ ਜਿਹੜਾ ਵੀ ਸਾਡਾ ਬੈਚ ਚੱਲੇਗਾ ਇੰਟਰਨਲ ਸਿਕਿਉਰਿਟੀ ਤੇ ਆਈਆਰਡੀ ਵੀ ਕਲਾਸ ਹੋਏਗੀ ਤੇ ਉਸ ਤੋਂ ਬਾਅਦ ਆਪਾਂ ਫਾਈਨਲੀ ਐਂਡ ਕਰਾਂਗੇ ਪੰਜਾਬ ਦੀ ਇਕਨੋਮਿਕਸ ਨਾਲ ਠੀਕ ਹੈ ਜੀ ਜਿਹਦੇ ਵਿੱਚ ਅਸੀਂ ਬੇਸਿਕ ਕਨਸੈਪਟ ਡਿਸਕਸ ਕਰਾਂਗੇ ਬਜਟ ਡਿਸਕਸ ਕਰਾਂਗੇ ਐਗਰੀਕਲਚਰ ਇੰਡਸਟਰੀ ਤੇ ਇਨਫਰਾਸਟਰਕਚਰ ਤੇ ਅਰਬਨ ਐਂਡ ਹਿਊਮਨ ਡਿਵੈਲਪਮੈਂਟ ਤਾਂ ਬੜਾ ਹੀ ਵੈਲ ਕ੍ਰਾਫਟਡ ਕੋਰਸ ਹੈ ਜੋ ਕਿ ਸਾਡੀ ਟੀਮ ਤੁਹਾਡੇ ਵਾਸਤੇ ਲੈ ਕੇ ਆਈ ਹੈ ਜੋ ਕਿ ਸੀਰੀਅਸ ਐਸਪੀਰੈਂਟ ਹੈ ਜੋ ਤਿਆਰੀ ਕਰਨਾ ਚਾਹੁੰਦਾ ਹੈ ਜਿੰਨੂੰ ਪਹਿਲਾਂ ਤੋਂ ਆਪਣਾ ਸੌਮਪੋਨੈਂਟਿਕ ਤਿਆਰ ਕਰਕੇ ਸਾਈਡ ਤੇ ਰੱਖਣਾ ਹੈ ਠੀਕ ਹੈ ਜੀ ਬੜਾ ਹੀ ਇੰਪੋਰਟੈਂਟ ਹੈ ਸ਼ਡਿਊਲ ਤੁਹਾਡੇ ਸਾਹਮਣੇ ਹੈਗਾ ਤੁਹਾਡੇ ਨਾਲ ਸ਼ੇਅਰ ਵੀ ਕਰ ਦਿੱਤਾ ਜਾਏਗਾ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਤੁਸੀਂ ਨੀਚੇ ਆਪਣੇ ਸਾਡੀ ਡਿਸਕ੍ਰਿਪਸ਼ਨ ਤੇ ਨੰਬਰ ਹੈਗਾ ਤੁਸੀਂ ਲਿੰਕ ਤੇ ਕਲਿੱਕ ਕਰ ਸਕਦੇ ਹੋ ਤੇ ਨੰਬਰ ਲੈ ਕੇ ਜੋ ਵੀ ਕੁਇਰੀ ਹੈਗੀ ਹੈ ਬੈਚ ਦੇ ਰਿਲੇਟਡ ਸਾਡੇ ਤੋਂ ਪੁੱਛ ਸਕਦੇ ਹੋ ਇਹ ਸਾਡੀ YouTube ਦੀ ਸੀਰੀਜ਼ ਤਾਂ ਚੱਲ ਹੀ ਰਹੀ ਹੈ ਜ ਜ ਸਾਡੀ YouTube ਦੀ ਸੀਰੀਜ਼ ਖਤਮ ਹੋ ਜਾਏਗੀ ਉਸ ਤੋਂ ਬਾਅਦ ਹੀ ਕੁਝ ਦਿਨਾਂ ਬਾਅਦ ਅਸੀਂ 14 ਨਵੰਬਰ ਤੋਂ ਇੱਕ ਬੈਚ ਸਟਾਰਟ ਕਰ ਰਹੇ ਹਾਂ ਜਿਹੜਾ ਕਿ ਪੰਜਾਬ ਜੀਕੇ ਦਾ ਬੈਚ ਹੈ ਮੈਂ ਇੱਕ ਵਾਰ ਫੇਰ ਤੋਂ ਰਿਪੀਟ ਕਰ ਰਹੇ ਹਾਂ ਜਿਹੜਾ ਬੈਚ ਹੈ ਉਹ ਪੰਜਾਬ ਜੀਕੇ ਦਾ ਬੈਚ ਹੈ ਜਿਸ ਦੇ ਵਿੱਚ ਆਪਾਂ ਪੰਜਾਬ ਦੀ ਜੀਕੇ ਕਵਰ ਕਰਾਂਗੇ हिस्ट्री तो लैके एनवायरमेंट तो लैके पॉलिटी तो लैके इकोनॉमिक्स तो लैके आई तो लैके इंटरनल सिक्योरिटी एंड दैन जोग्राफी ये कॉम्पोनेंट उस इंक्लूडिड हो गए ठीक है गाइज सो so यह शड्यूल है जिस असी प्रोपर तरीके मेकश्योर किया कि असी थोड़ी कवरेज कर सकी कॉम्पोनेंट से ओके okay जी चलो जी येगी इंपोर्टेंट खबर अज की आपव करते हैं पी दो हज़ार पंद्रह वाल 15 ਦੇ ਵਿੱਚ ਇਕਨੋਮਿਕਸ ਨੂੰ ਲੈ ਕੇ ਕਿਹੜੇ ਸਵਾਲ ਜਵਾਬ ਪੁੱਛੇਗੇ ਉਹਨਾਂ ਤੇ ਇੱਕ ਨਜ਼ਰ ਮਾਰਨ ਦੀ ਕੋਸ਼ਿਸ਼ ਕਰਦੇ ਆ। ਠੀਕ ਹੈ ਜੀ। ਨਾਓ। 15 ਦੇ ਵਿੱਚ ਪੰਜਾਬ ਦੀ ਇਕਨੋਮਿਕਸ ਨੂੰ ਲੈ ਕੇ ਐਸ ਜੀ ਪ੍ਰੀਲੀਮਸ ਕੋਈ ਕੁਐਸਚਨ ਨਹੀਂ ਸੀਗਾ ਬਟ ਬੜਾ ਇੱਕ ਇੰਪੋਰਟੈਂਟ ਕੁਐਸਚਨ ਪੇਪਰ ਦੇ ਵਿੱਚ ਸੀਗਾ ਪੋਪੁਲਿਸਟ ਪਾਲਿਸੀਜ਼ ਨੂੰ ਲੈ ਕੇ ਪੰਜਾਬ ਦੀਆਂ। ਕੋਈ ਮੈਨੂੰ ਕਮੈਂਟ ਬਾਕਸ ਚ ਦੱਸ ਸਕਦਾ ਹੈ ਕਿ ਪੋਪੁਲਿਸਟ ਪਾਲਿਸੀਜ਼ ਕਿਹੜੀਆਂ ਹੁੰਦੀਆਂ ਨੇ? ਹਾਂਜੀ ਜਿਹੜੇ ਵੀ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਕਿ ਸਾਡੇ ਸਟੂਡੈਂਟ ਸਾਡੇ ਨਾਲ ਜੁੜੇ ਹੋਏ ਨੇ ਦੱਸ ਆਦਦੇ ਨੇ ਕਿ ਪੋਪੁਲਿਸਟ ਪਾਲਿਸਿਸ ਕਿਹੜੀਆਂ ਹੁੰਦੀਆਂ ਨੇ ਉਹਦੇ ਬਾਰੇ ਕੇ ਕਹਿ ਰਹੇ ਕਿ ਡੈਫਿਸਿਟ ਵਧ ਰਿਹਾ ਪੰਜਾਬ ਦਾ ਬਜਟ ਡੈਫਿਸਿਟ ਸਿੱਧੀ ਜੀ ਗੱਲ ਹੈ ਹਾਂਜੀ ਐਨੀ ਵਨ ਊਡ ਲਾਈਕ ਟੂ ਐਡ ਔਨ ਟੂ ਸਮਥਿੰਗ ਇਨ ਦਾ ਕਮੈਂਟ ਬਾਕਸ ਰਿਲੇਟਡ ਟੂ ਪੋਪੁਲਿਸਟ ਪਾਲਿਸਿਸ ਓਕੇ ਕੋਈ ਇਸ਼ੂ ਨਹੀਂ ਮੈਂ ਦੱਸਦਾ ਪੋਪੁਲਿਸਟ ਪਾਲਿਸਿਸ ਉਹ ਹੁੰਦੀਆਂ ਜਿਹੜੀ ਲੋਕਾਂ ਦੇ ਹਿੱਤ ਵਾਸਤੇ ਹੁੰਦੀ ਹੈ ਜਿਵੇਂ ਕਿ ਬਿਜਲੀ ਪਾਣੀ ਫ੍ਰੀ ਕਰ ਦੇਣਾ ਨਾ ਬਸਾਂ ਦੀ ਸੇਵਾ ਫ੍ਰੀ ਕਰ ਦੇਣੀ ਇਹ ਜਿਹੜੀਆਂ ਪਾਲਿਸਿਸ ਸਰਕਾਰ ਅਪਣਾਉਂਦੀ ਏ ਕਿਤੇ ਨਾ ਕਿਤੇ ਮੰਨਿਆ ਜਾਂਦਾ ਕਿ ਵੋਟ ਬੈਂਕ ਲਈ ਕੀਤਾ ਜਾਂਦਾ ਬਟ ਉਹਦੇ ਕਰਕੇ ਕੀ ਹੁੰਦਾ ਹੈ ਕਿਤੇ ਨਾ ਕਿਤੇ ਸਰਕਾਰ ਦਾ ਬਜਟ ਡੈਫਿਸਿਟ ਵੱਜ ਜਾਂਦਾ ਹੈ ਕਿਉਂਕਿ ਐਕਸਪੈਂਡੀਚਰ ਜ਼ਿਆਦਾ ਹੋ ਰਿਹਾ ਹੈ ਤੇ ਰਿਸੀਟ ਕਟੋਰੀ ਹੈ ਹੁਨੇ ਕੁਐਸ਼ਨ ਦੇ ਵਿੱਚ ਥੋੜਾ ਵਿਊ ਪੁਆਇੰਟ ਮੰਗਿਆ ਗਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਹੈ ਕਮੈਂਟ ਕਰੋ 100 ਵਰਡਸ ਦੇ ਵਿੱਚ ਇਹ ਬੜੀ ਚੀਜ਼ ਇੰਪੋਰਟੈਂਟ ਹੈ ਤੁਸੀਂ ਲਿਖ ਸਕਦੇ ਹੋ ਹਾਂ ਪੋਪੁਲਿਸਟ ਪਾਲਿਸਿਸ ਕਰਕੇ ਕਿਤੇ ਨਾ ਕਿਤੇ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਬਜਟ ਡੈਫਿਸਿਟ ਦੇਖਣ ਨੂੰ ਮਿਲ ਰਿਹਾ ਹੈ ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪੋਪੁਲਿਸਟ ਪਾਲਿਸਿਸ ਨੂੰ ਬੰਦ ਕਰ ਦੇਣਾ ਜਿਹੜੇ ਕਿ ਲੋਕਾਂ ਦੇ ਹਿੱਤ ਵਸਦੇ ਨੇ ਆਪਾਂ ਉਹ ਬੰਦ ਨਹੀਂ ਕਰ ਸਕਦੇ ਹਾਂ ਬਟ ਮੇਕ ਸ਼ੋਰ ਕਰਿਏ ਕਿ ਅਸੀਂ ਆਪਣੇ ਰਸੀਟ ਜਿਹੜੀਆਂ ਹੈਗੀਆਂ ਨੇ ਟੈਕਸ ਦੇ ਰਾਹੀਂ ਉਹਦਾ ਬੇਸ ਵਾਈਡ ਕਰੀਏ ਤਾਂ ਕਿ ਸਰਕਾਰ ਦੇ ਕੋਲ ਮੁਨਾਫਾ ਜ਼ਿਆਦਾ ਆਵੇ ਸਰਦਾ ਸਰਕਾਰ ਕੋਲ ਰੈਵਨਿਊ ਜ਼ਿਆਦਾ ਆਵੇ ਜਿਸ ਦੇ ਵਿੱਚੋਂ ਫਿਰ ਉਹ ਅੱਗੇ ਖਰਚਾ ਕਰ ਸਕੇ ਇੰਡਸਟਰੀ ਜਿਆਦਾ ਤੋਂ ਜਿਆਦਾ ਲਵਾਈ ਜਾਏ ਤਾਂ ਕਿ ਕਾਰਪੋਰੇਟ ਟੈਕਸ ਵਸੂਲਿਆ ਜਾ ਸਕੇ ਇਨਕਮ ਟੈਕਸ ਦਾ ਸਕੋਪ ਵਧਾਇਆ ਜਾਵੇ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਅਵੇਅਰ ਕੀਤਾ ਜਾਵੇ ਕਿ ਸਾਨੂੰ ਟੈਕਸ ਪੇ ਕਰਨਾ ਜ਼ਰੂਰੀ ਹੈ ਤਾਂ ਇਸ ਕੁਐਸਚਨ ਦਾ ਇੱਕ ਬੈਲੈਂਸਡ ਆਨਸਰ ਤੁਹਾਡੇ ਤੋਂ ਪੀਪੀਐਸਸੀ ਮੰਗ ਰਹੀ ਹੈ ਇਸ ਕੁਐਸਚਨ ਦੇ ਵਿੱਚ ਕਿ ਐਕਚੁਅਲ 'ਚ ਤੁਹਾਡਾ ਕੀ ਵਿਊ ਪੁਆਇੰਟ ਹੋਣਾ ਚਾਹੀਦਾ ਹੈ ਇਸ ਪਾਰਟ ਨੂੰ ਲੈ ਕੇ ਐਮ ਆਈ ਕਲੀਅਰ ਟੂ एवरीवन ਹਾਊ ਥਿਸ ਕੁਐਸਚਨ ਹੈਜ਼ ਟੂ ਬੀ ਅਟੈਂਟਡ ਤੇ ਕਿਸ ਤਰੀਕੇ ਨਾਲ ਤੁਹਾਡਾ ਵਿਊ ਪੁਆਇੰਟ ਐਗਜ਼ਾਮੀਨਰ ਦੇ ਸਾਹਮਣੇ ਆਉਣਾ ਚਾਹੀਦਾ ਤੁਸੀਂ ਬਿਲਕੁਲ ਅਗੇਂਸਟ 네ਗੇਟਿਵ ਨਹੀਂ ਜਾ ਸਕਦੇ ਹੋ ਤੁਹਾਨੂੰ ਇੱਕ ਮਿਕਸਡ ਅਪਰੋਚ ਇੱਕ ਐਡਮਿਨਿਸਟਰੇਟਰ ਦੀ ਅਪਰੋਚ ਦੇ ਅਕੋਰਡਿੰਗਲੀ ਹੀ ਤੁਹਾਨੂੰ ਇਸ ਆਨਸਰ ਨੂੰ ਅਪਰੋਚ ਕਰਨਾ ਹੈ ਤੇ ਇਸ ਦਾ ਹੱਲ ਕਰਨਾ ਹੈ ਆਈ ਹੋਪ ਦਿਸ ਪੁਆਇੰਟ ਇਜ਼ ਕਲੀਅਰ ਟੂ एवरीवन ਤਾਂ ਬੜਾ ਹੀ ਸੌਖਾ ਕੁਐਸਚਨ ਹੈ ਦੇਖੋ ਇਹ ਪੇਪਰ 'ਚ ਕੁਐਸਚਨ ਪੁੱਛਿਆ ਜਾਏਗਾ ਇਕਨੋਮਿਕਸ ਦੇ ਵਿੱਚ ਕੁਐਸਚਨ ਜੇ ਪੰਜਾਬ ਦੇ ਰਿਲੇਟਿਡ ਆਣਗੇ ਤਾਂ ਇਸ ਤਰੀਕੇ ਨਾਲ ਹੀ ਆਣਗੇ ਜਿਸ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੀ ਇੰਡਸਟਰੀ ਬਾਰੇ ਪੰਜਾਬ ਦੇ ਬਜਟ ਬਾਰੇ ਜੇ ਆਪਾਂ ਇਕਨੋਮਿਕ ਦੀ ਗੱਲ ਕਰ ਰਹੇ ਹਾਂ ਠੀਕ ਹੈ ਜਦੋਂ ਆਪਾਂ ਤੁਸੀਂ ਸਾਡੀ ਕਲਾਸਾਂ ਲਾਉਂਗੇ ਤੁਹਾਨੂੰ ਪਤਾ ਚੱਲੇਗਾ ਡਿਫਰੈਂਸ ਕਿ ਅਸੀਂ ਐਕਨੋਮਿਕ ਸਰਵੇ ਵੀ ਕਵਰ ਕਰਾਂਗੇ ਧਿਆਨ ਵਾਲੇ ਪੇਪਰਾਂ ਤੁਹਾਨੂੰ ਪਤਾ ਚੱਲੇਗਾ ਕਿ ਕਿੰਨਾ ਇੰਪੋਰਟੈਂਟ ਐਕਨੋਮਿਕ ਸਰਵੇ ਸੈਂਸਸ ਵਗੈਰਾ ਜਿਸ ਦੇ ਵਿੱਚ ਡਿਟੇਲਡ ਐਨਾਲਿਸਿਸ ਚਾਹੀਦੀ ਹੈ ਤਾਂ ਕਿ ਅਸੀਂ ਪੇਪਰ ਦੇ ਵਿੱਚ ਪ੍ਰੀਲਿਮਸ ਵੀ ਕੁਐਸ਼ਨ ਸੋਲਵ ਕਰ ਸਕੀਏ ਠੀਕ ਹੈ ਜੀ ਸਾ ਇਹ ਕੁਐਸ਼ਨ ਥੋੜਾ ਬੈਲੈਂਸਡ ਅਪਰੋਚ ਮੰਗ ਰਿਹਾ ਹੈ ਜਿਸ ਦੇ ਵਿੱਚ ਤੁਹਾਨੂੰ ਅੱਗੇ ਦੱਸਣਾ ਹੈ ਕਿ ਕਿਸ ਤਰੀਕੇ ਨਾਲ ਪੰਜਾਬ ਦਾ ਬਜਟ ਡੈਫਿਸਿਟ ਅਸੀਂ ਘਟਾ ਸਕਦੇ ਐਂਡ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਆਈਡੀਆ ਲਾ ਕੇ ਦੱਸਣਾ ਹੈ ਕਿ ਕਿਸ ਤਰੀਕੇ ਨਾਲ ਅਸੀਂ ਪੰਜਾਬ ਦਾ ਬਜਟ ਡੈਫਿਸਿਟ ਘਟਾ ਸਕਦੇ ਹਾਂ ਕਲੀਅਰ ਹੈ ਜੀ ਓਕੇ ਨਾਉ 무ਵਿੰਗ 온 ਟੂ 2018 ਦੇਖੋ ਜੀ 2018 ਦੇ ਵਿੱਚ ਇੱਕ ਕੁਐਸਚਨ ਪੁੱਛਿਆ ਗਿਆ ਸੀਗਾ ਡਾਇਰੈਕਟ ਇਕਨੋਮਿਕ ਸਰਵੇ ਤੋਂ ਡਾਇਰੈਕਟ ਇਕਨੋਮਿਕ ਸਰਵੇ ਤੋਂ ਕੁਐਸਚਨ ਪੁੱਛਿਆ ਗਿਆ ਹੈ ਇਹ ਪੀਸੀਐਸ ਦੇ ਪ੍ਰੀਲਿਮਸ ਤੋਂ which of the following statements is or are correct regarding economic and statistical organization of punjab bhai sidha ik sanstha hai gi ye punjab di eso ode bare direct question puchya gaya hai pehla hage it provides advisory service to the state government on economic matters to form policies second hage it acts as a nodal agency for mp led scheme and helps district planning committee te ide char option aan ne thanu dasna hai sahi option kehi ਜਿਹੜੇ ਵੀ ਮੇਰੇ ਨਾਲ ਜੁੜੇ ਹੋਏ ਨੇ ਆਨਸਰ ਕਰ ਸਕਦੇ ਨੇ ਇਸ ਕੁਐਸਚਨ ਦਾ ਜੇ ਉਹ ਕਰਨਾ ਚਾਹੁੰਦੇ ਨੇ what अकॉर्डिंग टू देम इज द राइट आंसर हां जी what अकॉर्डिंग टू देम इज द राइट आंसर दे कैन मेंशन इन द कमेंट बॉक्स ਬਹੁਤ ਹੀ ਇੰਪੋਰਟੈਂਟ ਹੈ ओके जी ਇੱਕ ਕੁਐਸਚਨ ਡਾਇਰੈਕਟ ਇਕਨੋਮਿਕ ਸਰਵੇ ਚ ਪੁੱਛਿਆ ਗਿਆ ਜੋ ਕਿ ਅਸੀਂ ਆਮ ਤੌਰ ਤੇ ਨੈਗਲੈਕਟ ਕਰ ਦਿੰਦੇ ਆ ਜਦ ਅਸੀਂ ਪੇਪਰ ਦੀ ਤਿਆਰੀ ਕਰਦੇ ਆ ਸਿੱਧਾ 2 ਨੰਬਰ ਦਾ ਸਵਾਲ ਹੈ तो थो पता है कि दो नंबर पिछे कि कट ऑफ अगे पिछे चली जाती है कि स्टूडेंट अगे पिछे हो जाता है इसका सही आंसर है सी ऑप्शन दैट इज़ बोथ वन एंड टू भाई दोनों ही क्या ने स्टेटमेंटा क्या ने करक्ट ने यह पंजाब इकनोमिक्स का क्वेश्चन जो दो हज़ार अठारह के पेपर पूछा गया है जो कि बहुत ही बहुत ही क्या है इंपॉर्टेंट है ओके okay, जी ए ऑप्शन नहीं है जी ऑप्शन क्या हैगी है डी ऑप्शन सी ऑप्शन दैट इज़ बोथ वन एंड टू ओके गाइज

बड़ा ही इंपॉर्टेंट चीज़ है यह बहुत ही इंपॉर्टेंट है क्योंकि उस साल न्यूज है पाब एक क्वेश्चन देख अठारह चो इकोनॉमिक सर्वे चो आया तो दूजा करंट अफेयर्स अफेयरसों आया करंट अफेयर्स दैट आर रिलेटिड टू एग्रीकल्चर हाँ जी एन वन वॉन्ट्स टू आंसर इट ओके आई वुड टेल यू द करैक्ट आंसर द करैक्ट आंसर इज बी ऑप्शन एंडोसल्फन बहुत ही इंपॉर्टेंट है करेक्ट आंसर क्या है बी ऑप्शन एंडो सल्फन ए उस साल करंट अफेयरसा तो एग्रीकल्चर पार्ट चो आ गया ठीक है जी ना नेक्स्ट क्वेश्चन वाल चलते हैं यह भी करंट का ही क्वेश्चन है ध्यान न देखो ये दो हज़ार अठारह च आए ने देखो तीन क्वेश्चन पूछे गए हैं पाबी इकनोमिक्सों पाब गमेंट हैज़ ब्रॉट इन अ न्यू टैक्स फॉर इनकम टैक्स पेज इंगेज इन प्रोफेस ट्रेड्स कॉलिंग्स एंड इम्प्लायमेंट्स इन द करंट ईयर बजट 2018 19 दिस ਟੈਕਸਿਸ ਦੇਖੋ ਕੋਰਸਨ ਬਜਟ ਚੋ ਆ ਗਿਆ ਹੁਣ ਇੱਕ ਸਵਾਲ ਬਜਟ ਚੋ ਆ ਗਿਆ ਇੱਕ ਕੋਆ ਸਵਾਲ ਕਰੰਟ ਅਫੇਅਰਸ ਚੋ ਆ ਗਿਆ ਇੱਕ ਸਵਾਲ ਇਕਨੋਮਿਕ ਸਰਵੇ ਚੋ ਆ ਗਿਆ ਤਿੰਨੋ ਚੀਜ਼ਾਂ ਕਵਰ ਕਰਤੀਆਂ ਉਹਨਾਂ ਨੇ ਇਸ ਬਾਰ 18 ਦੇ ਪੇਪਰ ਦੇ ਵਿੱਚ এডੂਕੇਸ਼ਨ ਟੈਕਸ ਹੋਏਗਾ ਐਂਟਰਟੇਨਮੈਂਟ ਹੋਏਗਾ ਡਿਵੈਲਪਮੈਂਟ ਹੋਏਗਾ ਜਾਂ ਡੀ ਨਨ ਆਫ ਦਾ ਅਬ ਹੋਏਗਾ ਸਿੱਧੀਆਂ ਸਿੱਧੀਆਂ ਚਾਰ ਆਪਸ਼ਨਾਂ ਨੇ ਕਿਆ ਹੋ ਐਡੂਕੇਸ਼ਨ ਟੈਕਸ ਹੈਗਾ ਕਿਆ ਉਹ ਐਂਟਰਟੇਨਮੈਂਟ ਟੈਕਸ ਹੈ ਕਿਆ ਉਹ ਡਿਵੈਲਪਮੈਂਟ ਟੈਕਸ ਹੈ ਜਾਂ ਫਿਰ ਉਹ ਕਿਆ ਹੈ ਨਨ ਆਫ ਦੀ ਅਬ हां जी गाइस ओके जी अंचल ਨੇ आंसर ਦਿੱਤਾ ਹੈ सी ऑप्शन वेरी गुड ओके गाइस एनीवन वांट्स टू ऐड टू द आंसर किसे नु ਹੋਰ नु किसे नु ऐड ऑन करना है जे किसे नु नॉलेज ਹੈਗੀ ਹੈ दे कैन आल्सो राइट इन द कमेंट बॉक्स ठीक है अब सा एपर अटेम्प्ट ਕਰਦੇ ਹਾਂ ਪੂਰਾ ਕਵਰੇਜ ਕਰਾਂਗੇ ਉਸ ਤੋਂ ਬਾਅਦ ਜਿਹੜੇ ਵੀ ਤੁਹਾਡੇ ਡਾਊਟ ਹੈਗੇ ਬੈਚ ਨੂੰ ਲੈ ਕੇ ਅਸੀਂ ਲਵਾਂਗੇ ਠੀਕ ਹੈ ਜੀ ਜੋ ਵੀ ਤੁਹਾਡੇ ਬਹੁਤ ਡਾਊਟ ਹੈਗੇ ਨੇ ਕਿ ਬੈਚ ਕੱਲ ਸਟਾਰਟ ਹੋ ਰਿਹਾ ਤੁਸੀਂ ਕਮੈਂਟ ਬਾਕਸ ਚ ਪਾਇਓ ਤੇ ਅਸੀਂ ਸਾਰੇ ਆਨਸਰ ਕਰਾਂਗੇ ओके okay जी सही आंसर हैगा डेवलपमेंट टैक्स बिल्कुल ठीक है जी अंचल जी सही आंसर क्या है डेवलपमेंट टैक्स ते उस साल के बजट दे विच सीगा ध्यान नाल देखो बजट च एक क्वेश्चन पुछया जा रहे है इकोनॉमिक सर्वे च पुछया गया है ते क्वेश्चन करंट अफेयर्स तो पुछया गया है ठीक है जी इस तो पता चलदा है के पंजाब दा करंट बजट इकोनॉमिक सर्वे कितना इंपॉर्टेंट है जद आपा पढ़दे हां इना नु असी मिस नहीं कर सकदे हां असी गलती यही करदे मिस कर दन्ने हां ਇਸੇ ਗਲਤੀ ਨੂੰ ਠੀਕ ਕਰਨ ਲਈ ਤੇ ਤੁਹਾਡੀ ਸਮੱਸਿਆ ਨੂੰ ਹੱਲ ਕਰਨ ਲਈ ਅਸੀਂ ਤੁਹਾਡੇ ਲਈ ਬੈਚ ਲੈ ਕੇ ਆਏ ਜਿਹਦੇ ਬਾਰੇ ਮੈਂ ਗੱਲ ਕੀਤੀ ਹੈ ਜਿਦੇ ਵਿੱਚ ਅਸੀਂ ਇਹਨਾਂ ਦੀ ਖੂਬ ਸਾਰੀ ਕਵਰੇਜ ਕਰਾਂਗੇ ਡਿਟੇਲਡ ਐਨਾਲਿਸਿਸ ਕਰਾਂਗੇ ਠੀਕ ਹੈ ਜੀ ਓਕੇ ਜੀ ਆ ਦੇਖੋ ਜੀ 2018 ਦਾ ਮੇਨਸ ਦਾ ਕੁਐਸਚਨ ਹੈ ਦ ਪੰਜਾਬ ਇਕਨੋਮੀ ਹੈਜ਼ ਫੇਲ ਟੂ ਰਿਮੇਨ ਕੰਪੀਟੀਟਿਵ ਵਿਦ ਮੈਨੀ ਅਦਰ ਡਿਵੈਲਪਡ ਸਟੇਟਸ ਡੂ ਯੂ ਅਗਰੀ ਜਸਟੀਫਾਈ ਤੁਹਾਡੇ ਵਿਊਜ਼ ਪੁੱਛੇ ਜਾ ਰਹੇ ਨੇ ਕਿ ਪੰਜਾਬ ਜਿਹੜਾ ਹੈਗਾ ਇਨਾ ਕੰਪੀਟੀਟਿਵ ਨਹੀਂ ਰਿਹਾ ਹੈ ਅਗਰ ਆਪਾਂ ਗੱਲ ਕਰੀਏ ਹੋਰ ਡਿਵੈਲਪਡ ਨੇਸ਼ਨ ਦੇ ਨਾਲ ਤਾਂ ਜਿਹੜਾ ਕੁਐਸਚਨ ਹੈਗਾ ਇਹ ਡਿਵੈਲਪਮੈਂਟ ਦੇ ਰਿਲੇਟਡ ਹੈ ਇਕਨੋਮਿਕ ਸਰਵੇ ਦਾ ਚੈਪਟਰ ਹੈਗਾ ਆਪਣਾ ਡਿਵੈਲਪਮੈਂਟ ਡਿਵੈਲਪਮੈਂਟ ਦੇ ਪਾਰਟ ਦੇ ਵਿੱਚੋਂ ਡਾਇਰੈਕਟ ਕੁਐਸਚਨ ਪੁੱਛਿਆ ਗਿਆ ਹੈ ਹੁਣ ਜੇ ਇਸ ਕੁਐਸਚਨ ਨੂੰ ਅਨਸਰ ਕਰਨਾ ਹੈ ਤਾਂ ਤੁਹਾਨੂੰ ਪਹਿਲਾਂ ਤਾਂ ਡਿਵੈਲਪਮੈਂਟ ਦੇ ਇੰਡੀਕੇਟਰਸ ਪਤਾ ਹੋਣੇ ਚਾਹੀਦੇ ਨੇ ਜਿਵੇਂ ਕਿ ਹੈਲਥ ਦੀ ਗੱਲ ਕਰੀਏ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ ਠੀਕ ਹੈ ਜੀ ਫਿਰ ਆਪਾਂ ਗੱਲ ਕਰੀਏ ਕਿੰਨੀ ਪੰਜਾਬ ਦੇ ਵਿੱਚ ਇੰਡਸਟਰੀ ਡਵੈਲਪ ਹੈਗੀ ਹੈ ਬਿਜ਼ਨਸ ਮਾਹੌਲ ਕਿਸ ਤਰ੍ਹਾਂ ਦਾ ਹੈ ਇੱਥੇ ਇਹ ਸਾਰੀਆਂ ਚੀਜ਼ਾਂ ਇਸ ਕੁਐਸਚਨ ਦੇ ਵਿੱਚ ਡਿਸਕਸ ਕਰਨੀਆਂ ਨੇ ਜੇ ਤੁਹਾਨੂੰ ਲੱਗਦਾ ਕਿ ਅਸੀਂ ਕੰਪੀਟੀਟਿਵ ਨਹੀਂ ਹੈਗੇ ਆ ਕਿੱਥੇ ਅਸੀਂ ਪਿੱਛੇ ਰਹਿ ਗਏ ਆ ਤਾਂ ਸਾਨੂੰ ਇਨਸ ਇੰਡੀਕੇਟਰਸ ਦੇ ਉੱਤੇ ਗੱਲ ਕਰਨੀ ਪੈਣੀ ਹੈ ਉਹ ਇੰਡੀਕੇਟਰ ਕਿਹੜੇ-ਕਿਹੜੇ ਨੇ ਹੈਲਥ ਇੱਕ ਇੰਡੀਕੇਟਰ ਹੈਗਾ ਐਜੂਕੇਸ਼ਨ ਇੱਕ ਇੰਡੀਕੇਟਰ ਹੈ ਇੰਡਸਟਰੀ ਇੱਕ ਇੰਡੀਕੇਟਰ ਹੈ ਤੇ ਬਿਜ਼ਨਸ এনवायरमेंटਿਕ ਇੰਡੀਕੇਟਰ ਹੈ ਤੇ ਕਿਤੇ ਨਾ ਕਿਤੇ 80 ਐਗਰੀਕਲਚਰ ਪੁਆਇੰਟ ਆਫ 뷰 ਤੋਂ ਵੀ ਪਿੱਛੇ ਰਹਿ ਗਏ ਕਿਉਂਕਿ ਜੋ ਸਾਡੀ ਪ੍ਰੈਕਟਿਸਿਸ ਨੇ ਐਗਰੀਕਲਚਰ ਨੂੰ ਲੈ ਕੇ ਸਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਆਊਟਡੇਟਡ ਹੋ ਚੁੱਕੀਆਂ ਨੇ ਅਸੀਂ ਸਮੱਸਿਆ ਦੇਖ ਹੀ ਰਹੇ ਹਾਂ ਪੰਜਾਬ ਦੇ ਵਿੱਚ ਜਿਹੜਾ ਅੰਡਰਗਰਾਉਂਡ ਵਾਟਰ ਪੋਲੂਸ਼ਨ ਹੋ ਗਿਆ ਵਾਟਰ ਪੋਲੂਸ਼ਨ ਦੀ ਸਮੱਸਿਆ ਹੈਗੀ ਹੈ 에ਅਰ ਪੋਲੂਸ਼ਨ ਦੀ ਸਮੱਸਿਆ ਹੈਗੀ ਹੈ ਕਿਤੇ ਨਾ ਕਿਤੇ ਐਗਰੀਕਲਚਰ ਵੀ ਕੰਟਰੀਬਿਊਟ ਕਰਦਾ ਪਿਆ ਹੈ ਐਗਰੀਕਲਚਰ ਉਹਨਾ ਡਿਵੈਲਪ ਨਹੀਂ ਹੋ ਪਾਇਆ ਜਿਹੜਾ ਕਿ ਬਾਕੀ ਕਿਸੇ ਹੋਰ ਸਟੇਟਾਂ 'ਚ ਡਿਵੈਲਪ ਹੋ ਰਿਹਾ ਹੈ ਜਿਸ ਦੇ ਕਰਕੇ ਅਸੀਂ ਲੈਗ ਕਰ ਰਹੇ ਹਾਂ ਤੇ ਅਸੀਂ ਹੋਰ ਡਿਵੈਲਪਡ ਸ਼ੇਡ ਤੋਂ ਬਹੁਤ ਪਿੱਛੇ ਰਹਿ ਗਏ ਹਾਂ ਇਸ ਦੇ ਵਿੱਚ ਕੀ ਕੰਪੋਨੈਂਟ ਹੋਰ ਆ ਸਕਦਾ ਹੈ ਥੈਟ ਇਜ਼ ਰਿਲੇਟਡ ਟੂ ਵੇਸਟ ਮੈਨੇਜਮੈਂਟ ਕਿਆਸੀ ਵੇਸਟ ਮੈਨੇਜਮੈਂਟ ਨੂੰ ਲੈ ਕੇ ਵੀ ਬਹੁਤ ਪਿੱਛੇ ਰਹਿ ਗਏ ਹਾਂ ਸਰਕਾਰ ਨੇ ਐਨਜੀਟੀ ਨੇ ਸਾਡੇ ਉੱਤੇ ਪੰਜਾਬ ਸਰਕਾਰ ਤੇ ਪਿੱਛੇ ਜੇ 2000 ਕਰੋੜ ਦਾ ਫਾਈਨ ਲਾਇਆ ਸੀਗਾ ਕਿਉਂਕਿ ਅਸੀਂ ਪ੍ਰੋਪਰ ਤਰੀਕੇ ਨਾਲ ਵੇਸਟ ਨੂੰ ਮੈਨੇਜ ਨਹੀਂ ਕਰ ਸਕੇ ਹਾਂ ਜਿੱਤੇ ਕਰਕੇ ਅਸੀਂ ਪਿੱਛੇ ਰਹਿ ਗਏ ਆ ਆਪਾਂ ਜੋ ਹੋਰ ਡਿਵੈਲਪਡ ਸਟੇਟਸ ਦੀ ਗੱਲ ਕਰੀਏ ਜੇ ਆਪਾਂ ਕਿਤੇ ਇਸ ਨਾਲ ਇੰਡੋਰ ਨਾਲ ਕੰਪੇਅਰ ਕਰੀਏ ਸਿਟੀ ਨਾਲ ਭੂਪਾਨ ਨਾਲ ਕੰਪੇਅਰ ਕਰੀਏ ਤਾਂ ਇਹਨਾਂ ਦੇ ਇੰਡੀਕੇਟਰਸ ਆਪਾਂ ਦੇਖੀਏ এনवायरमेंट ਨੂੰ ਲੈ ਕੇ ਤਾਂ ਬਹੁਤ ਜ਼ਿਆਦਾ ਅੱਛੇ ਨੇ ਐਸ ਕੰਪੇਅਰ ਟੂ ਪੰਜਾਬ ਤਾਂ ਇਸ ਕਰਕੇ ਅਸੀਂ ਪਿੱਛੇ ਰਹਿ ਗਏ ਆ ਕੁਐਸ਼ਨ ਸੌਖਾ ਹੈਗਾ ਪਰ ਕੁਐਸ਼ਨ ਦੇ ਵਿੱਚ ਬਥੇਰੇ ਐਂਗਲ ਤੁਹਾਨੂੰ ਕਵਰ ਕਰਨੇ ਪੈਣਗੇ ਤੁਹਾਨੂੰ ਹੈਲਥ ਵੀ ਕਵਰ ਕਰਨਾ ਹੈ ਐਜੂਕੇਸ਼ਨ ਵੀ ਕਵਰ ਕਰਨਾ ਇੰਡਸਟਰੀ ਵੀ ਕਵਰ ਕਰਨੀ ਹੈ ਬਿਜ਼ਨਸ এনवायरमेंट ਵੀ ਕਵਰ ਕਰਨਾ ਹੈ ਇਹ ਬਹੁਤ ਜ਼ਰੂਰੀ ਹੈ ਅਗਰ ਤੁਹਾਨੂੰ ਇਸ ਕੁਐਸਚਨ ਦਾ ਆਨਸਰ ਕਰਨਾ ਹੈ ਜਿਉਂ ਦੇਖੋ ਤੁਹਾਡੇ ਜਸਟੀਫਿਕੇਸ਼ਨ ਮੰਗ ਲਈ ਹੈ ਨਾ ਤਾਂ ਤੁਹਾਡੇ ਇਤੇ ਵਿੱਚ ਸਟੈਟਸ ਵੀ ਆਣਗੇ ਵੇਰੀਅਸ ਐਂਗਲਸ ਵੀ ਆਣਗੇ ਤੇ ਇੱਕ ਇੰਟਰਡਿਸਪਲਿਨਰੀ ਆਨਸਰ ਤੁਹਾਨੂੰ ਲਿਖਣਾ ਪਏਗਾ ਇਸ ਕੁਐਸਚਨ ਨੂੰ ਸੋਲਵ ਕਰਨ ਲਈ ਠੀਕ ਹੈ ਗਾਇਸ ਤਾਂ ਇਹ ਕੁਐਸਚਨ ਪੁੱਛਿਆ ਗਿਆ ਸੀਗਾ 2018 ਦੇ ਵਿੱਚ ਤੇ ਆਪਾਂ ਡਾਇਰੈਕਟ ਕਹਿ ਸਕਦੇ ਹਾਂ ਟੌਪਿਕ ਕਿਹੜਾ ਹੈਗਾ ਡਿਵੈਲਪਮੈਂਟ ਜਿਸ ਦੇ ਵਿੱਚੋਂ ਇਹ ਕੁਐਸਚਨ ਪੁੱਛਿਆ ਗਿਆ ਹੈ ਠੀਕ ਹੈ ਜੀ ਦੇਖੋ ਕੁਐਸਚਨ ਔਖਾ ਨਹੀਂ ਹੁੰਦਾ ਕਵੈਸਚਨ ਨੂੰ ਹੱਲ ਕਰਨ ਦਾ ਤਰੀਕਾ ਹੋਣਾ ਚਾਹੀਦਾ ਹੈ ਠੀਕ ਹੈ ਜੀ ਜੋ ਟਾਈਮ ਦੇ ਨਾਲ ਆ ਜਾਂਦਾ ਹੈ ਤੇ ਸਹੀ ਅਪਰੋਚ ਦੇ ਨਾਲ ਆ ਜਾਂਦਾ ਹੈ ਓਕੇ ਨਾਓ 2021 ਪੰਜਾਬ ਜੀਕੇ ਦੀ ਗੱਲ ਕਰਦੇ ਆ ਆ ਦੇਖੋ ਜੀ ਕਵੈਸਚਨ ਦੇਖਿਓ ਕਨਸੀਡਰ ਦਾ ਫੋਲੋਇੰਗ ਸਟੇਟਮੈਂਟਸ ਐਂਡ ਚੂਜ਼ ਦਾ ਕਰੈਕਟ ਵਾਂਸ ਇਹ ਕਵੈਸਚਨ ਡਾਇਰੈਕਟ ਇਕਨੋਮਿਕ ਸਰਵੇ ਦਾ ਕਵੈਸਚਨ ਹੈ ਜੇ ਤੁਸੀਂ ਇਕਨੋਮਿਕ ਸਰਵੇ ਪੜਿਆ ਹੋਏਗਾ ਤਾਂ ਹੀ ਇਹ ਕਵੈਸਚਨ ਸੋਲਵ ਹੋ ਸਕਦਾ ਹੈ otherwise ਇਸ ਕੁਸ਼ਨ ਤੁਸੀਂ अटेम्प्ट ਵੀ ਨਹੀਂ ਕਰ ਸਕਦੇ ਹੋ ਕੁਸ਼ਨ ਦੇਖੋ 2011 ਸੈਂਸਸ ਦੀ ਗੱਲ ਕਰੀਏ ਤਾਂ ਐਗਰੀਕਲਚਰਲ ਲੇਬਰਰਸ ਜ਼ਿਆਦਾ ਨੇ ਮੋਰ ਥੈਨ 30% ਆਫ ਦਾ ਟੋਟਲ ਵਰਕ ਫੋਰਸ ਇਨ ਦਾ ਸਟੇਟ ਆਫ ਪੰਜਾਬ ਕਹਿੰਦੇ ਜੇ ਆਪਾਂ ਐਗਰੀਕਲਚਰ ਲੇਬਰਰਾਂ ਦੀ ਗੱਲ ਕਰੀਏ ਨਾ ਤਾਂ 30% ਤੋਂ ਜ਼ਿਆਦਾ ਨੇ ਟੋਟਲ ਵਰਕਰਸ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਦੂਜੀ ਸਟੇਟਮੈਂਟ ਕੀ ਹੈ ਪੰਜਾਬ ਦਾ ਕੁੱਲ 25 ਲੱਖ ਹੈਕਟੇਅਰ ਅੰਡਰ ਬਾਸਮਤੀ ਸੀਗਾ which is less water consuming than other varieties of paddy ਸਿੱਧਾ ਸਟੈਟਿਸਟਿਕਲ ਤੇ ਫੈਕਚੁਅਲ ਕੁਐਸ਼ਨ ਪੁੱਛਿਆ ਗਿਆ ਹੈ। ਇੱਕ ਕੁਐਸ਼ਨ ਹੈਗਾ ਫੈਕਚੁਅਲ ਜਿਹੜਾ ਕਿ ਸਟੈਟਸ ਦੇ ਉੱਤੇ ਬੇਸਡ ਹੈ। ਬੜੀ ਇੰਪੋਰਟੈਂਟ ਚੀਜ਼। ਤੇ ਸਾਨੂੰ ਦੱਸ ਰਹੇ ਇਹਦੇ ਵਿੱਚੋਂ ਕਰੈਕਟ ਆਨਸਰ ਕਿਹੜਾ ਹੈ ਜਾਂ ਕਰੈਕਟ ਆਪਸ਼ਨ ਕਿਹੜੀ ਹੈ। ਕੈਨ ਐਨੀਵਨ ਵਾਂਟ ਐਨੀਵਨ ਵਾਂਟਸ ਟੂ ਅਟੈਂਪਟ ਥਿਸ ਕੁਐਸ਼ਨ ਕਿ ਦੱਸਣਾ ਚਾਹੇਗਾ ਕਿ ਕਿਆ ਉਸੇ ਅਕੋਰਡਿੰਗਲੀ ਆਨਸਰ ਹੋ ਸਕਦਾ ਹੈ? ਹਾਂਜੀ ਐਨੀਵਨ। ਫੀਲ ਫਰੀ ਟੂ ਆਨਸਰ। ਮੇਕ ਸ਼ੋਰ ਇਟ ਇਜ਼ ਐਨ ਇੰਟਰਐਕਟਿਵ ਸੈਸ਼ਨ। ਤੁਹਾਡੇ ਕੋਲ ਜਿੰਨੇ ਵੀ ਡਾਊਟ ਹੈ ਤੁਸੀਂ ਸਾਡੇ ਤੋਂ ਪੁੱਛ ਸਕਦੇ ਹੋ। ਹਾਂਜੀ ਗਾਇਜ਼। ओके okay. ठीक है जी मैं ही आंसर देना आंसर हैगा डी ऑप्शन नीदर वन नॉट टू जब आपा ਗੱਲ ਕਰੀਏ ਉਸ ਸਾਲ ਪੇਪਰ ਦੀ 21 ਦੇ ਵਿੱਚ ਜ਼ਿਆਦਾਤਰ ਬੱਚਿਆਂ ਨੇ ਬੀ ਆਪਸ਼ਨ ਸੀ ਆਪਸ਼ਨ ਅਟੈਂਪਟ ਕੀਤਾ ਸੀ ਬਟ ਇਹ ਗਲਤ ਹੈ आंसर इज डी ऑप्शन दैट इज नीदर वन ਨਾ 2 ਭਾਈ ਇੱਥੇ ਕਰ ਲਈ ਐਗਰੀਕਲਚਰਲ ਲੇਬਰਰਸ ਨਹੀਂ ਕલ્ਟੀਵੇਟਰਸ ਨੂੰ ਮਿਲਾ ਕੇ 36% ਹੈ ਇਸ ਕਰਕੇ ਇਹ ਸਟੇਟਮੈਂਟ ਕੀ ਹੋਗੀ ਗਲਤ ਤੇ ਦੂਜੀ ਸਟੇਟਮੈਂਟ ਵੀ ਕੀ ਹੈ ਗਲਤ इस करके दोनों स्टेटमेंट्स गलत ने सही आंसर क्या है डी ऑप्शन दैट इज नाइदर वन नॉर टू एक जरानोमिक्स के रिटड सी ज्यादा क्वेश्चन नहीं बस एकगा दो हज़ार अठारह के आप गल करिए तो तीन पूछे गए थे ओके जी हूँ देखो क्वेश्चन इस साल एक ਮਗੇਸ਼ਵਰੀ ਜੀ ਪੰਜਾਬ ਜੀਕੇ ਦਾ ਮਤਲਬ ਹੈ ਜਿਹੜੀ ਆਪਣੀ ਪੰਜਾਬ ਦੀ ਹਿਸਟਰੀ ਹੋਗੀ ਇਕਨੋਮਿਕਸ ਹੋਗੀ ਜੀਓਗ੍ਰਾਫੀ ਹੋਗੀ ਪੋਲੀਟੀ ਹੋਗੀ ਆਈਆਰ ਹੋਗੇ ਇੰਟਰਨਲ ਸਿਕਿਉਰਟੀ ਹੋਗੀ ਉਹਦਾ ਮਤਲਬ ਇਹ ਹੈ ਠੀਕ ਹੈ ਜੀ ਕੁਐਸਚਨ ਦੇਖੋ ਕਹਿੰਦੇ ਇਕਨੋਮਿਕ ਰਿਫਾਰਮਸ ਪੀਰੀਅਡ ਤੋਂ ਬਾਅਦ ਜਿਹੜਾ ਸਾਡਾ ਸਲੋ ਡਾਊਨ ਐਗਰੀਕਲਚਰ ਸੈਕਟਰ ਦਾ ਆਇਆ ਹੈ ਕਿਤੇ ਨਾ ਕਿਤੇ ਉਹਨੇ ਹੋਰ ਸੈਕਟਰਾਂ ਦੀ ਗਰੋਥ ਨੂੰ ਵੀ ਘਟਾਇਆ ਹੈ which resulted in marginalization of the state's economy examine the statement critically ਤੁਹਾਨੂੰ ਕੀ ਆ ਲੱਗਦਾ ਹੈ ਕਿ ਜਿਹੜਾ ਪੋਸਟ 1991 ਇਫ ਵੀ ਟਾਕ ਅਬਾਊਟ ਜਿਹੜੇ ਰਿਫਾਰਮਸ ਆਏ ਸਲੋ ਡਾਊਨ ਤਾਂ ਐਗਰੀਕਲਚਰ ਸੈਕਟਰ ਸਾਨੂੰ ਪਤਾ ਆਇਆ ਹੀ ਆਇਆ ਹੈ ਤਾਂ ਉਹਦਾ ਇੰਪੈਕਟ ਦੂਜੇ ਸੈਕਟਰਸ ਤੇ ਵੀ ਪਿਆ ਹੈ ਕਿਆ ਤੁਸੀਂ ਇਸ ਐਗਜ਼ਾਮ ਮੇ ਨੂੰ ਕ੍ਰਿਟੀਕਲੀ ਕਰ ਸਕਦੇ ਹੋ ਸਟੇਟਮੈਂਟ ਬਹੁਤ ਅੱਛੀ ਹੈ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਇਸ ਕੁਐਸਚਨ ਨੂੰ ਅਟੈਂਪਟ ਕਰਨ ਲਈ ਕਿ ਜਿਹੜਾ ਐਗਰੀਕਲਚਰ ਸੈਕਟਰ ਹੈ ਨਾ ਉਹ ਸਾਡਾ ਇੰਡਸਟਰੀਅਲ ਸੈਕਟਰ ਤੇ ਸਰਵਿਸ ਸੈਕਟਰ ਨੂੰ ਪ੍ਰਮੋਟ ਕਰਦਾ ਹੈ ਲੈਟ ਫੋਰਗੇਟ ਆਫਟਰ uh, 1991 1991 ਤੋਂ ਪਹਿਲਾਂ ਵੀ ਜੇ ਆਪਾਂ ਕੋਈ ਗ੍ਰੋਥ ਇੰਡਸਟਰੀਅਲ ਜਾਂ ਸਰਵਿਸ ਤੋਂ ਦੇਖੀ ਹੋਏਗੀ ਸੈਕਟਰਾਂ ਦੇ ਵਿੱਚ ਉਹ ਐਗਰੀਕਲਚਰ ਸੈਕਟਰ ਨੇ ਡਰਾਈਵ ਕਰੀ ਸੀ ਕਿਵੇਂ ਭਾਈ ਜੇ ਰੌ ਮਟੀਰੀਅਲ ਹੋਏਗਾ ਐਗਰੀਕਲਚਰ ਸੈਕਟਰ ਚ ਮੰਨ ਲਓ ਇਸ ਦੇ ਵਿੱਚ ਪਹਿਲਾਂ ਤੇਜ਼ੀ ਸੀਗੀ ਸੈਕਟਰ ਦੇ ਵਿੱਚ ਜੇ ਰੌ ਮਟੀਰੀਅਲ ਜ਼ਿਆਦਾ ਹੈ ਤਾਂ ਇੰਡਸਟਰੀਅਲ ਸੈਕਟਰ ਵੀ ਵਧੇਗਾ ਕਿਉਂਕਿ ਇੰਡਸਟਰੀਅਲ ਸੈਕਟਰ ਨੂੰ ਕੀ ਚਾਹੀਦਾ ਹੁੰਦਾ ਰੌ ਮਟੀਰੀਅਲ fromParams ਦਾ ਪ੍ਰਾਇਮਰੀ ਸੈਕਟਰ ਜੇ ਸਾਡੇ ਪ੍ਰੋਡਕਟਸ ਜਾ ਰਹੇ ਨੇ ਇੰਡਸਟਰੀ ਦੇ ਵਿੱਚ ਐਗਰੀਕਲਚਰ ਸੈਕਟਰ ਦੇ ਵਿੱਚ ਤਾਂ ਉਹਦੇ ਲਈ ਸਾਨੂੰ ਟਰਾਂਸਪੋਰਟੇਸ਼ਨ ਲੱਗੇਗੀ ਟਰਾਂਸਪੋਰਟੇਸ਼ਨ ਕੀ ਹੈ ਸਰਵਿਸ ਸੈਕਟਰ ਦਾ 파ਟ ਹੈ ਟਰਾਂਸਪੋਰਟੇਸ਼ਨ ਕੀ ਹੈ ਸਰਵਿਸ ਸੈਕਟਰ ਦਾ 파ਟ ਹੈ ਤਾਂ ਕਿਤੇ ਨਾ ਕਿਤੇ ਐਗਰੀਕਲਚਰ ਸੈਕਟਰ ਇਹਨਾਂ ਨੂੰ ਡਰਾਈਵ ਕਰਦਾ ਹੈ ਇੱਕ ਵਿਊ ਪੁਆਇੰਟ ਤਾਂ ਇਹ ਹੈ ਕਿ ਐਗਰੀਕਲਚਰ ਸੈਕਟਰ ਡਰਾਈਵਸ ਇੰਡਸਟਰੀਅਲ ਸੈਕਟਰ ਐਸ ਵੈਲ ਐਸ ਸਰਵਿਸਿਜ਼ ਸੈਕਟਰ ਤਾਂ ਆਪਾਂ ਇਹ ਕਹਿ ਸਕਦੇ ਹਾਂ ਹਾਂ ਕਿਉਂਕਿ ਐਗਰੀਕਲਚਰ ਸੈਕਟਰ ਦੇ ਵਿੱਚ ਪੋਸਟ 1991 ਕਿਤੇ ਨਾ ਕਿਤੇ ਅਸੀਂ ਦੇਖੀਏ ਕਿ ਘਟौती ਆਈ ਹੈ ਜਿਸ ਕਰਕੇ ਇਹ ਸੈਕਟਰਸ ਵੀ ਇੰਪੈਕਟ ਕਰੇ ਨੇ ਬਟ ਜੇ ਆਪਾਂ ਦੂਜਾ ਸਿਨੈਰੀਓ ਲਈਏ ਸਰਵਿਸ ਸੈਕਟਰ ਜੇ ਆਪਾਂ ਗੱਲ ਕਰੀਏ ਬਹੁਤ ਤੇਜ਼ੀ ਨਾਲ ਵਧਿਆ ਤੁਸੀਂ ਦੇਖ ਸਕਦੇ ਹੋ ਕਿ ਉਹਦਾ ਕਿੰਨਾ ਕੰਟਰੀਬਿਊਸ਼ਨ ਹੈ ਜੀਡੀਪੀ ਦੇ ਵਿੱਚ ਇੰਡਸਟਰੀਅਲ ਸੈਕਟਰ ਹਜੇ ਸਾਡਾ ਮੈਕਸਿਮਮ ਨਹੀਂ ਪਹੁੰਚ ਪਾਇਆ ਹੈ ਐਗਰੀਕਲਚਰ ਸੈਕਟਰ ਕਿਉਂਕਿ ਅਸੀਂ ਡਵੈਲਪਮੈਂਟ ਦੇ ਪਾਤ ਤੇ ਚੱਲ ਰਹੇ ਹਾਂ ਉਹ ਹੁਣ ਨਹੀਂ ਕਰੇਗਾ ਬਟ ਸਰਵਿਸ ਸੈਕਟਰ ਸਾਡਾ ਕਿਸ ਤਰੀਕੇ ਨਾਲ ਗਰੋ ਕਰ ਰਿਹਾ ਹੈ ਤਾਂ ਕਿਤੇ ਨਾ ਕਿਤੇ ਤੁਸੀਂ ਇਸ ਕੁਐਸਚਨ ਦੇ ਵਿੱਚ ਐਟਰੀਬਿਊਟ ਕਰ ਸਕਦੇ ਹੋ ਯੈਸ ਕਿ ਐਗਰੀਕਲਚਰ ਸੈਕਟਰ ਦਾ ਬਹੁਤ ਵੱਡਾ ਇੰਪੈਕਟ ਪੈਂਦਾ ਹੈ ਬਾਕੀ ਦੋਨਾਂ ਸੈਕਟਰਾਂ ਤੇ दैट इज ਇੰਡਸਟਰੀਅਲ ਐਂਡ ਸਰਵਿਸ ਸੈਕਟਰ ਤੇ ਤੁਹਾਨੂੰ ਆਪਣੀ ਆਰਗੂਮੈਂਟਸ ਇਸ ਬੇਸਿਸ ਦੇ ਉੱਤੇ ਇਸ ਕੁਐਸ਼ਨ ਦੇ ਵਿੱਚ ਰਿਵੀਲ ਕਰਨੀ ਸੀ ਠੀਕ ਹੈ ਜੀ ਤਾਂ ਇਸ ਤਰ੍ਹਾਂ ਦੇ ਪੇਪਰ ਦੇ ਵਿੱਚ ਕੁਐਸ਼ਨ ਪੁੱਛੇ ਜਾਂਦੇ ਨੇ ਜੇ ਤੁਸੀਂ ਪੂਰੀ ਵੀਡੀਓ ਦੇਖੀ ਹੈ ਤਾਂ ਤੁਹਾਨੂੰ ਇਹ ਗੱਲ ਤਾਂ ਪਤਾ ਲੱਗ ਗਈ ਹੋਣੀ ਕਿ ਕੁਐਸ਼ਨ ਪੇਪਰ ਦੇ ਵਿੱਚ ਐਗਰੀਕਲਚਰ ਦੇ ਰਿਲੇਟਿਡ ਬਹੁਤ ਨੇ ਪਲੱਸ ਡਿਵੈਲਪਮੈਂਟ ਦੇ ਰਿਲੇਟਿਡ ਬਹੁਤ ਨੇ ਇਹ ਦੋ ਕੰਪੋਨੈਂਟ ਬੜੇ ਇੰਪੋਰਟੈਂਟ ਨੇ ਸਾਡੇ ਪੰਜਾਬ ਜੀਕੇ ਦੀ ਇਕਨੋਮਿਕਸ ਪਾਰਟ ਦੇ ਵਿੱਚ ਪਹਿਲਾ ਕਿਹੜਾ ਹੈਗਾ ਐਗਰੀਕਲਚਰਲ ਪਾਰਟ ਦੂਜਾ ਕਿਹੜਾ ਹੈਗਾ ਡਿਵੈਲਪਮੈਂਟ ਪਾਰਟ ਇਹ ਦੋਨੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਜੇ ਸਾਨੂੰ ਇਸ ਦੇ ਵਿੱਚ ਆਪਣੇ ਆਪ ਨੂੰ ਉੱਪਰ ਲੈ ਕੇ ਆਣਾ ਹੈ ਤਾਂ ਇਹ ਕਵਰੇਜ ਕਰਨੀ ਬਹੁਤ ਜ਼ਰੂਰੀ ਹੈ ਠੀਕ ਹੈ ਗਾਇਸ ਤਾਂ ਇੱਕ ਆਖਰੀ ਕੁਐਸਚਨ ਸੀ ਸਾਡਾ 2021 ਦੇ ਮੇਨਸ ਦੇ ਵਿੱਚ ਜਿਹੜੇ ਬੱਚੇ ਸਾਡੇ ਨਾਲ ਨਵੇਂ ਜੁੜ ਰਹੇ ਨੇ ਉਹਨਾਂ ਲਈ ਮੈਂ ਇੱਕ ਵਾਰ ਫੇਰ ਤੋਂ ਦੱਸਦਾ ਕਿ ਅਸੀਂ ਇੱਕ ਨਵਾਂ ਕੋਰਸ ਲੈ ਕੇ ਆਏ ਹਾਂ ਪੰਜਾਬ ਜੀਕੇ ਦਾ ਹਾਂਜੀ 1 ਮਿੰਟ ਸਾਡੇ ਨਾਲ ਬਨੇ ਰਹੋ ਹਾਂਜੀ ਗਾਇਸ ਅਸੀਂ ਤੁਹਾਡੇ ਵਾਸਤੇ ਨਵਾਂ ਕੋਰਸ ਲੈ ਕੇ ਆਇਆ ਪੰਜਾਬ ਜੀਕੇ ਦਾ ਜਿਹਦੇ ਵਿੱਚ ਅਸੀਂ ਫੁੱਲ ਫਲੇਜ ਤਰੀਕੇ ਨਾਲ ਪੰਜਾਬ ਦੀ ਜੀਕੇ ਕਵਰ ਕਰਾਂਗੇ ਮੈਂ ਸਟਾਰਟਿੰਗ ਚ ਸ਼ਡਿਊਲ ਵੀ ਦੱਸਿਆ ਜਰੂਰ ਦੇਖੋ ਵੀਡੀਓ ਤੇ ਸ਼ਡਿਊਲ ਨੂੰ ਚੈੱਕ ਕਰੋ ਸ਼ਡਿਊਲ ਸ਼ੇਅਰ ਵੀ ਕਰ ਦਿੱਤਾ ਜਾਏਗਾ ਕੋਈ ਵੀ ਤੁਹਾਡੇ ਲਈ ਤੁਹਾਨੂੰ ਕੋਈ ਵੀ ਉਸ ਟੂ ਕੁਐਰੀ ਹੈ ਜੀ ਤੁਸੀਂ ਥੱਲੇ ਡਿਸਕ੍ਰਿਪਸ਼ਨ ਤੇ ਨੰਬਰ ਤੇ ਕਾਲ ਕਰਕੇ ਆਪਣੀ ਕੁਐਰੀਜ਼ ਨੂੰ ਕਲੀਅਰ ਕਰ ਸਕਦੇ ਹੋ 14 ਨਵੰਬਰ ਤੋਂ ਸਾਡਾ ਬੈਚ ਸਟਾਰਟ ਹੋ ਰਿਹਾ ਪੰਜਾਬ ਜੀਕੇ ਦਾ ਆਮ ਸੇਇੰਗ ਇਟ ਵਾਂਸ ਮੋਰ ਪੰਜਾਬ ਜੀਕੇ ਠੀਕ ਹੈ ਜੀ ਅ ਅੰਜਲ ਜੀ ਇਹ ਟਾਈਮਿੰਗ ਤੁਹਾਨੂੰ ਅਪਡੇਟ ਕਰ ਦਿੱਤੇ ਜਾਣਗੇ ਇੱਕ ਦੋ ਦਿਨ ਚ ਫਾਈਨਲ ਕਰ ਦਿੱਤਾ ਜਾਏਗਾ ਸਾਰਿਆਂ ਦੀ ਲੈ ਕੇ ਕਿ ਕਿਸ ਤਰੀਕੇ ਨਾਲ ਸਾਰਿਆਂ ਨੂੰ ਟਾਈਮਿੰਗ ਸੂਟੇਬਲ ਹੋਣਗੇ ਉਸ ਦੇ ਅਕੋਰਡਿੰਗਲੀ ਵੈਲ ਕ੍ਰਾਫਟਡ ਬੈਚ ਬਣਾਇਆ ਜਾ ਰਿਹਾ ਜਿਸ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਜਾਏਗਾ ਟਾਈਮਿੰਗ ਕੀ ਆਨੇ ਠੀਕ ਹੈ ਜੀ ਜੇ ਕਿਸੇ ਦਾ ਕੋਈ ਵੀ ਡਾਊਟ ਹੈਗਾ ਤੁਸੀਂ ਥੱਲੇ ਹੈ ਡਿਸਕ੍ਰਿਪਸ਼ਨ ਤੇ ਨੰਬਰ ਦਿੱਤਾ ਹੋਇਆ ਉਸ ਤੇ ਕਾਲ ਕਰਕੇ ਪੁੱਛ ਸਕਦੇ ਹੋ 25 ਦਿਨ ਦਾ ਬੈਚ ਚੱਲੇਗਾ ਆਨਲਾਈਨ ਚੱਲੇਗਾ ਫੀਸ ਅਸੀਂ ਬਹੁਤ ਹੀ ਨੋਮੀਨਲ ਰੱਖੀ ਹੈ ਥੈਟ ਇਜ਼ 199 ਪਲੱਸ GST ਜਿਸ ਦੇ ਵਿੱਚ ਟੈਸਟ ਸੀਰੀਜ਼ ਵੀ ਇਨਕਲੂਡਡ ਹੈ ਤੇ ਪੰਜਾਬ ਦੀ ਜੀਕੇ ਪ੍ਰੋਪਰ ਤਰੀਕੇ ਨਾਲ ਹੋਲਿਸਟਿਕ ਤਰੀਕੇ ਨਾਲ ਅਸੀਂ ਕਵਰ ਕਰਾਵਾਂਗੇ ਬੈਕਵਰ ਤੁਹਾਨੂੰ ਸ਼ਡਿਊਲ ਵੀ ਦੱਸਦਾ ਪ੍ਰਾਪਰ ਤਰੀਕੇ ਨਾਲ ਅਸੀਂ ਤੁਹਾਡੇ ਲਈ ਸ਼ਡਿਊਲ ਲੈ ਕੇ ਆਏ ਹਾਂ ਸ਼ਡਿਊਲ ਬਣ ਚੁੱਕਿਆ ਹੈ ਠੀਕ ਹੈ ਜੀ ਨੋਟਸ ਪੂਰੇ ਪ੍ਰਿਪੇਅਰਡ ਨੇ ਬਸ ਤੁਸੀਂ ਸਾਡੇ ਨਾਲ ਜੁੜੋ ਤੇ ਇਸ ਪੰਜਾਬ ਜੀਕੇ ਦੇ ਇੱਕ ਵੈਲ ਕ੍ਰੈਫਟਿਡ ਬੈਚ ਦਾ ਆਨੰਦ ਮਾਣੋ ਠੀਕ ਹੈ ਜੀ ਤੁਹਾਡੇ ਲਈ ਬਹੁਤ ਜ਼ਿਆਦਾ ਇਹ ਲਾਭਦਾਇਕ ਹੋਏਗਾ ਜੇ ਤੁਸੀਂ ਇੱਕ ਸੀਰੀਅਸ ਪੀਸੀਐਸ ਐਸਪੀਰੈਂਟ ਹੋ ਤਾਂ ਇਸ ਦੀ ਤਿਆਰੀ ਕਰਨਾ ਚਾਹੁੰਦੇ ਹੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ 14 ਤਰੀਕ ਤੋਂ ਬੈਚ ਸਟਾਰਟ ਹੋ ਰਿਹਾ ਹੈ এনवायरमेंट ਦੇ ਪਾਰਟ ਨਾਲ ਫਿਰ ਹਿਸਟਰੀ ਕਵਰ ਹੋਏਗੀ ਫਿਰ ਪੋਲੀਟੀ ਥੈਨ ਜੀਓਗ੍ਰਾਫੀ ਇੰਟਰਨਲ ਸਿਕਿਉਰਿਟੀ ਆਈਆਰ ये कॉम्पोनेंट भी कवर होनॉमिक्स भी कवर होएगी पी पी एससी का मतलब है पंजाब पब्लिक सर्विस कमीशन जिम्मे यू पी एस सी है पी पी एस सीज़ पाब पब्लिक सर्विस कमीशन आई एम सेंग इट वंस अगेन लिमिटेड सीट्स ने फटाफट ज्वाइन करो अभी भी चाहते कि साढ़े कोरियस बच्चा ही आए जोड़ा सीरीयसली है अपने आपनी तैयारी करना चाहता है पंजाब पी सी एस नै के ठीक है गाइज दैट्स इट फ्रॉम टूडे कल असी फिर यूट्यूब आवाने चार ही होर ਟਾਪਿਕ ਦੇ ਉੱਤੇ ਜਿਵੇਂ ਅਸੀਂ ਐਨਾਲਿਸਿਸ ਕਰਾਂਗੇ ਪ੍ਰੀਵੀਅਸ ਈਅਰ ਪ੍ਰੀਲੀਮਸ ਤੇ ਮੇਨਸ ਦੀ ਹੁਣ ਕਿਸੇ ਦੇ ਕੋਈ ਵੀ ਡਾਊਟ ਤੇ ਕੁਐਰੀਸ ਹੈਗੇ ਮੈਨੂੰ ਪੁੱਛ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਹਾਂਜੀ ਕਿਸੇ ਦਾ ਕੋਈ ਵੀ ਡਾਊਟ ਹੈ ਫੀਲ ਫ੍ਰੀਲੀ ਟੂ ਆਸਕ ਮੀ ਹਿਜ ਖਿਚਾਜ ਕੁਝ ਨਹੀਂ ਹੋਣੀ ਚਾਹੀਦੀ ਜੋ ਵੀ ਡਾਊਟ ਹੈਗਾ ਪੁੱਛ ਸਕਦੇ ਹੋ ਕਿਹਾ ਬੈਚ ਬਾਰੇ ਕੁਝ ਵੀ ਠੀਕ ਹੈ ਜੀ YouTube ਦੇ ਬਾਰੇ ਪ੍ਰੀਵੀਅਸ ਈਅਰ ਕੁਐਸ਼ਨਸ ਬਾਰੇ ਕੁਝ ਵੀ ਤੁਹਾਡੇ ਡਾਊਟ ਹੈਗੇ ਤੁਸੀਂ ਮੈਨੂੰ ਪੁੱਛ ਸਕਦੇ ਹੋ हां जी अंजलि जी बिल्कुल ਤੁਹਾਡਾ ਬੈਨੀਫਿਟ ਕਰੇਗਾ ਤੁਸੀਂ ਇੱਕ ਵਾਰ ਲਾ ਕੇ ਦੇਖੋ ਸਾਡੇ ਨਾਲ ਕਲਾਸਿਸ ਤੁਹਾਨੂੰ ਫੀਲ ਹੋਏਗਾ ਕਿ ਵਟ ਇਜ਼ ਡਿਫਰੈਂਟ ਇਨ ਥਿਸ ਪੰਜਾਬ ਜੀਕੇ ਬੈਚ ਵੇਅਰ ਵੀ ਆਰ ਕੇਟਰਿੰਗ ਟੂ ਇੱਕ ਵੇਰੀਅਸ ਕੰਪੋਨੈਂਟਸ ਆਫ ਪੰਜਾਬ ਜੀਕੇ ਆਬਵੀਅਸਲੀ ਥੈਟਸ ਅ ਸ਼ਿਉਰਟੀ हां जी ਹੋਰ ਕਿਸੇ ਦਾ ਕੋਈ ਡਾਊਟ ਹੈਗਾ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਸਾਡੇ ਥੇਠਾਂ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਤੇ ਸਾਡੇ ਤੋਂ ਕੋਈ ਵੀ ਕੁਇਰੀ ਹੈ ਸਾਡੇ ਤੋਂ ਕਲੀਅਰ ਕਰ ਸਕਦੇ ਹੋ ਠੀਕ ਹੈ ਗਾਇਸ ওকে ਬੈਚ 14 ਨਵੰਬਰ ਤੋਂ ਸਟਾਰਟ ਹੋ ਰਿਹਾ ਮੈਂ ਫੇਰ ਤੋਂ ਦੱਸ ਦਾਂ ਬੈਚ ਇਸ ਸਟਾਰਟਿੰਗ ਫਰੋਮ 14 ਨਵੰਬਰ ਚਿਲਡਰਨਸ ਡੇ ਵਾਲੇ ਦਿਨ ਅਸੀਂ ਇਹ ਬੈਚ ਲਾਂਚ ਕਰ ਰਹੇ ਹਾਂ ਤਾਂ ਕਿ ਤੁਹਾਡੇ ਜੋਕਾਂ ਵਾਸਤੇ ਹੀ ਠੀਕ ਹੈ ਜੀ ਥੈਂਕ ਯੂ ਸੋ ਮੱਚ ਟੇਕ ਕੇਅ ਬਾਈ ਬਾਈ